ਇਹੋ ਗੱਲ ਵੀ ਚਾਰ ਜਣੇ ਪੇ ਖਲੋਤੇ ਸੀ ਬੂਹੇ ਗਾੜੀ, ਮੈਂ ਇਹਨਾਂ ਨੂੰ ਕੁਛ ਨਹੀਂ ਆਖਿਆ, ਮੈਂ ਬੂਹਾ ਢੋ ਕੇ ਅੰਦਰ ਚੜ੍ਹ ਗਈ, ਮੁੜ ਕੇ 10 ਮਿੰਟਾਂ ਬਾਅਦ ਇਹ ਨਾਲ ਕੇ ਮੁੰਡੇ ਦੇ ਗੱਲ ਪੈ ਗਏ ਨੇ, ਫਿਰ ਉਹਨਾਂ ਵਿੱਚ ਉਹਨਾਂ ਨੂੰ ਹੱਥੋਂ ਪਾਈ ਕੀਤੇ ਢਾਇਆ ਵੀ ਆ, ਮੁੜ ਕੇ ਫਿਰ ਇਹ ਨਹੀਂ ਟਲੇ ਤੇ ਫਿਰ ਇਹਨਾਂ ਚਾਰ ਫੋਨ ਕਰਕੇ ਮੁੰਡੇ ਸੱਦ ਲਏ ਹੋਰ, ਉਹਨਾਂ ਆਣ ਕੇ ਹੱਥੋਂ ਪਾਈ, ਇਹਨਾਂ ਚਲੋ ਮਾਰੀਆਂ ਦੋ ਉਹਨੇ ਮਰਵਾਈਆਂ, ਫਿਰ ਹੋਣੀਆਂ ਜਦੋਂ ਭੁੰਡਾ ਪਈ ਕੌਣ ਨੇ ਮੁੰਡੇ, ਇਹਨਾਂ ਨੂੰ ਪਤਾ ਮੁੰਡੇ ਕੌਣ ਆ, ਇਹ ਤੁਹਾਡੇ ਬੇਟੇ ਆ ਨਾ ਹੋਈ, ਮੇਰੇ ਬੇਟੇ ਨਾਲ ਦੁਕਾਨ ਹੈ, ਤੁਹਾਡੀ ਦੁਕਾਨ ਤੋੜ ਜਾਣੀ, ਮੈਂ ਤੁਹਾਡੀ ਮਰਜ਼ੀ, ਮੈਂ ਹੱਥ ਜੋੜਦੀ ਨਹੀਂ, ਸਵੇਰੇ ਪੁੱਤ ਆਣ ਕੇ ਗੱਲ ਕਰਿਓ, ਸੋਫੀ ਹੋ ਗਿਆ ਸ਼ਰਾਬੀ ਹੋਏ ਗੱਲ ਨਹੀਂ ਕਰਨੀ ਹੁੰਦੀ ਕੋਈ ਵੀ, ਤੇ ਆਣ ਕੇ ਗੱਲ ਪੈ ਗਈ ਉਹਨਾਂ ਦੇ, ਮੁੰਡੇ ਮੇਰੇ ਦੀ ਪੱਗ ਲਾ ਕੇ ਨੌਡੀ ਦੂਰ ਸੁੱਟੀ ਆ, ਤੇ ਹੁਣ ਸੱਟਾਂ ਲੱਗੀਆਂ, ਨਿੱਕੇ ਨੂੰ ਸੱਟ ਲੱਗੇ, ਇੱਕ ਤਾਂ ਬਹੁਤਾ ਸਿਰ ਪਾੜਿਆ, ਉਹ ਮੁੰਡਾ ਪਿੰਡੀ ਦਾ ਸਾਡੇ ਨਾਲ ਵੀ ਕੰਮ ਕਰਦਾ ਦੁਕਾਨ ਤੇ, ਤੇ ਪੁਲਿਸ ਨੂੰ ਨਹੀਂ ਦੱਸਿਆ, ਪੁਲਿਸ ਨੂੰ ਦੱਸਿਆ ਮੁੜ ਕੇ ਜਦੋਂ ਆਈ ਫਿਰ ਭੱਜ ਗਏ ਅੱਗੇ ਲਾ ਕੇ, ਉੱਥੋਂ ਜਾ ਕੇ ਫੜੇ ਮੱਛੀ ਮੰਡੀ ਨੂੰ, ਤਿੰਨ ਜਣੇ ਇੱਥੋਂ ਫੜੇ, ਤਿੰਨ ਜਣੇ ਨੂੰ ਭੱਜ ਗਏ, ਕਿੰਨੇ ਜਣੇ ਆਏ ਇਹਦੇ ਕਰ, 10-12 ਜਣੇ ਜੇ, ਅੱਛਾ ਤੇ ਹਥਿਆਰ ਹੀ ਉਹਨਾਂ ਕੋਲ, ਨਾ ਨਾ ਹਥਿਆਰ ਨਹੀਂ, ਆ ਕੇ ਸੋਟੇ ਸਾਡੇ ਇੱਟਾਂ ਉੱਟਾਂ ਹੀ ਫੜੀਆਂ ਸੀ, ਤੇ ਗਾਲਾਂ ਉਹਨਾਂ ਉਹ ਕੱਢੀਆਂ ਜਿਹੜੀਆਂ ਨਹੀਂ ਰਹਿ ਰੱਬ ਦਾ ਨਾਂ, ਇੰਨਾ ਗੰਦ ਤੋਲ ਕੇ ਅੱਗੇ ਜਿਹੜਾ ਸਾਫ਼ ਪਈ ਹੈਗਾ, ਗੱਲ ਇਹ ਹੈਗੀ ਵੀ ਸਮਾਨ ਸਮੂਨ ਖੜਦਾ ਸੀ ਮੁੰਡਾ, ਤੇ ਰੱਜੇ ਸਰਾਮ ਕਹਿੰਦਾ ਵੀ ਸਮਾਨ ਕਿੱਥੋਂ ਦਾ ਗੱਲ ਕਰਦੇ ਹੋ, ਮੈਂ ਅੱਡੇ ਦੀ ਦੁਕਾਨ ਹੈ, ਆਪਣੀ ਮਰਜ਼ੀ ਦਾ ਸਮਾਨ ਵੇਚਣਾ, ਕਿੱਥੋਂ ਦਾ, ਕਿਲੇ ਦਾ ਮੁੰਡਾ, ਅੱਛਾ ਉਹਦਾ ਕੈਂਡੀਆਂ ਕੁੰਡੀਆਂ ਦਾ ਕੰਮ ਕਰਦਾ, ਕੰਪਨੀ ਕਿਲੇ ਲੱਗਾ ਵਾ, ਤਿਆਰੀ ਸਾਹਮਣੇ ਉਹ ਬਿੱਟੂ ਦਾ ਹੱਥਾਂ ਸਾਹਮਣੇ, ਉੱਥੇ ਬਹਿ ਕੇ ਬੈਗ ਲਾਉਂਦੇ, ਇੱਕ ਬੈਗ ਲਾ ਕੇ ਫਿਰ ਮੇਰੇ ਕੋਲ ਆ ਜਾਂਦਾ ਸੀ, ਫਿਰ ਇੱਕ ਬੈਗ ਲਾ ਕੇ ਮੇਰੇ ਕੋਲ ਆ ਜਾਂਦਾ, ਤੂੰ ਮੇਰੇ ਨਾਲ ਜਾਂਦਾ ਗਾ ਜਾਂਦਾ, ਫਿਰ ਕਿਤੇ ਬਹੁਤੇ ਰੱਜੇ ਦੇ ਫਿਰ ਗੱਲ ਕਰ ਲਿਆ, ਮੈਂ ਨਾਲ ਮੁੰਡੇ ਸਾਧਨੇ 20-25, ਫਿਰ ਉਹ 2 ਜਣੇ ਸੀ, 4 ਜਣੇ ਸੀ, 20-25 ਵਾਲੇ ਨਾਲ ਆ ਕੇ ਗੱਲ ਕਰ ਕੇ ਸੱਟਾਂ ਲੱਗ ਗਈਆਂ, ਦੁਕਾਨ ਵੀ ਭਾਣੇ ਤੋੜ ਦਿੱਤੀ, ਫਿਰ ਸਰ ਦੁਕਾਨ 'ਤੇ ਲਾ ਕੇ ਸਾਹਮਣੇ ਟੱਕ ਛੱਕ ਡੇ ਲਾਉਣ ਦੁਕਾਨ 'ਤੇ ਬਹਿ ਕੇ, ਕੌਣ ਮੁੰਡੇ ਕਿਲੇ 2 ਵਜੇ, ਅਤੇ ਇਹ ਆਣ ਕੇ ਛੋਟੇ ਗੱਲ ਪੈ ਗਏ, ਮੈਂ ਬਾਹਰ ਕੰਮ ਕਰਨ ਦਾ, ਬਾਅਦ ਮੈਨੂੰ ਪਤਾ ਲੱਗਾ ਮੈਂ ਆਇਆ ਹੋਏ ਮੇਰੇ ਗੱਲ ਪੈ ਗਏ, ਅਤੇ ਘਰ ਦੇ ਗੱਲ 20-25 ਜਣੇ ਇਕੱਠੇ ਹੋ ਗਏ, ਅਤੇ ਦੁਕਾਨ ਦੀ ਭਾਣ ਤੋੜ ਦਿੱਤੀ ਇਹਨਾਂ ਨੇ, ਅਤੇ ਨਾਲ ਜੋ ਗਾਲੀ ਰੋਜ਼ ਸਾਰੀਆਂ ਵੀਡੀਓ ਰਿਕਾਰਡ ਆਪਣੇ ਪੈ ਗਈਆਂ, ਜੋ ਚੌਂਕ ਜਰਾਲ ਤੋਂ ਪਵਾਇਆ ਸਾਰਾ ਹੀ, ਕਿਹੜੀ ਗੱਲੋਂ ਪਏ ਇਹ, ਉੱਦਾਂ ਹੀ ਸਮਾਨ ਤੋਂ ਹੀ ਗੱਲਬਾਤ ਹੋਈ ਕੱਲ੍ਹ ਦਿਨ ਤੋਂ ਹੀ, ਅਤੇ ਬਾਈ ਪੈਗ ਛੱਡ ਲਾ ਕੇ ਮਿੰਟਲ ਬਾਰ ਆ ਜਾਂਦੇ ਸੀ ਸਾਹਮਣੇ ਦੁਕਾਨ 'ਤੇ, ਰਾਜੀ ਪਟੂ ਦੁਕਾਨ ਤੋਂ, ਕਿੰਨੇ ਜਣੇ ਇਹ, ਤੇਰਾ 2-3 ਜਣੇ ਫਿਰ ਹੋ ਰਹੇ, 4-5 ਜਣੇ ਕਰਦੇ, 20-25 ਜਣੇ ਹੋ ਗਏ, ਅਤੇ ਅਸੀਂ ਤੁਹਾਨੂੰ ਕਿੰਨੇ ਕਿੰਨੇ ਸੱਟਾਂ ਲੱਗੀਆਂ, ਸਾਨੂੰ ਇੱਕ ਦੋ, ਇੱਕ ਬੜਾ ਛੋਟਾ ਮੇਰਾ ਸੰਦੀਪ, ਅਤੇ ਇੱਕ ਮੁੰਡਾ ਦਾ ਯਾਰ ਦੋਸਤ ਬਲ ਪਿੰਡੀ ਦਾ, ਉਹਨੂੰ ਹਾਂਜੀ, ਇੱਕ ਨਾਮ ਮੇਰਾ ਕੰਮ ਦੇ ਨਾਂ ਦੇ, ਪੁਲਿਸ ਨੂੰ ਕੀਤਾ ਸੀ, ਹਾਂਜੀ ਪੁਲਿਸ ਆਈ ਆ, ਅਤੇ ਹੁਣ ਅਸੀਂ ਚਾਹੁੰਦੇ ਹਾਂ ਵੀ ਕਰ ਲਈ ਹੋਵੇ।